हाँ जी हेलो। हेलो। हाँ जी सरपंच बोल रहे पिंड बूटगढ़ तो। हाँ सरपंच साहब, अच्छा जी, अपने टक बहुत चल रहा है जी, इधर बूटगढ़ कितने हैं? कॉलोनी। बूथगढ़ हाँ जी, पता किधर चलता टक्कर? नहीं किधर चलता है, चला रहा है। 3-4 ट्रालियां निकल के गई हैं जी हुण। नहीं, कीदा चलता दसो मैनू। ਮੈਨੂੰ ਵੀ ਪਤਾ ਜੀ ਹੁਣ ਕਿਹਦਾ ਚੱਲਦਾ ਹੋਊਗਾ, ਇੱਥੇ ਕਿਹੜਾ ਇੱਕ ਨਹੀਂ, ਚਲਾਂਗ ਤੈਨੂੰ ਵਾਲਾ। ਨੀ ਪਤਾ, ਹੋਰ ਕਿਹਨੂੰ ਪਤਾ? ਫਿਰ ਮੈਨੂੰ ਫੋਨ ਤਾਂ ਹੀ ਕੀਤਾ ਤੂੰ। ਤੂੰ ਵਾਲਾ ਮਤਲਬ ਕੀ ਹੋ ਗਿਆ ਜੀ? ਨਹੀਂ, ਨਹੀਂ, ਆ ਤੂੰ ਵਾਲਾ ਮਤਲਬ ਦੱਸੋ ਪਹਿਲਾਂ ਕੀ ਹੋ ਪਰ ਗਿਆ। ਤੂੰ ਕੀ ਚੀਜ਼ ਆ ਮੇਰੇ ਮੂਹਰੇ? ਕੁਛ ਉੱਚੀ ਚੀਜ਼ ਕੀ ਆ ਓਏ? ਅੱਛਾ ਜੀ, ਠੀਕ ਤੇਰੀ ਜੁੱਟ ਕਿਵੇਂ ਪੈ ਗਈ ਮੈਨੂੰ ਫੋਨ ਰਾਤ ਨੂੰ ਕਰਨ ਦੀ? ਹੈ ਜੀ। ਤੂੰ ਹੈ ਕੀ ਚੀਜ਼? ਹੈਂ, ਅੱਛਾ ਜੀ, ਹੋਰ ਦੱਸੋ। ਤੂੰ ਸੁਬਾ, ਤੈਨੂੰ ਮੈਂ ਹੁਣੇ ਮਿਲਦਾ, ਮੈਂ ਤੇਰੀ ਰਾਬਟ ਲਿਖਦਾ, ਤੇਰੇ ਤੇ ਪਰਚਾ ਦਰਜ ਕਰਦਾ ਮੈਂ। ਠੀਕ ਹੈ ਜੀ, ਹੋਰ ਦੱਸਿਓ। ਨਹੀਂ, ਤੈਨੂੰ ਮੈਂ ਦੱਸਦਾ ਤੇਰੀ ਜੁਰਤ ਕਿਵੇਂ ਪੈ ਗਈ ਮੈਨੂੰ ਪੁੱਠਾ ਬੋਲਣ ਦੀ। ਮੈਂ ਤੁਹਾਨੂੰ ਕੀ ਤੇਰੇ ਤੇ ਪੁੱਠਾ ਬੋਲ ਰਿਹਾ? ਪਰਚਾ ਦਰਜ ਕਰਕੇ ਤੈਨੂੰ ਤੜਕੇ ਮੈਂ ਮਿਲਦਾ। ਅੱਛਾ ਜੀ, ਹਾਂ, ਤੈਨੂੰ ਤੜਕੇ ਮੈਂ ਚੱਕ ਕੇ ਲਿਆਉਂ। ਤੂੰ ਹੈ ਕੀ ਚੀਜ਼ ਓਏ? ਤੂੰ ਦਾਰੂ ਪੀ ਕੇ ਮੇਰੇ ਤੇ ਖਰੀ ਕਰਦਾ ਹੈ? ਮੈਂ ਤਾਂ ਕਿਉਂ, ਮੈਂ ਨਹੀਂ ਤੁਹਾਨੂੰ, ਨਹੀਂ ਤੂੰ ਦਾਰੂ ਪੀ ਕੇ ਖਰੀ ਕਰਦਾ ਮੇਰੇ ਤੇ? ਤੈਨੂੰ ਹੁਣੇ ਨਹੀਂ ਜਾਣਾ ਚੱਕ ਕੇ? ਅੱਛਾ ਜੀ, ਤੂੰ ਹੈ ਕਿੱਥੇ ਮੈਨੂੰ ਦੱਸ। ਮੈਂ ਤਾਂ ਘਰੇ ਹਾਂ, ਮੈਂ ਕਿੱਥੇ ਹਾਂ? ਤੈਨੂੰ ਜਾਂਦਾ ਮੈਂ ਚੱਕ ਕੇ? ਤੂੰ ਤੇਰੀ ਜੁਰਤ ਕਿਵੇਂ ਪੈ ਗਈ ਮੈਨੂੰ ਪਰੇਸ਼ਾਨ ਕਰਨ ਦੇ? ਰਾਤ ਨੂੰ ਪੁੱਠਾ ਬੋਲਦਾ ਮੈਨੂੰ ਕੋ? ਮੈਂ ਤੁਹਾਨੂੰ ਕੀ ਕਿਹਾ? ਤੈਨੂੰ ਮੈਂ ਦੱਸੂ, ਤੂੰ ਕਹਿਣਾ ਕੀ ਆ ਮੈਨੂੰ? ਨਹੀਂ, ਮੈਂ ਤੁਹਾਨੂੰ ਕਿਹਾ ਕੀ? ਤੂੰ ਤੂੰ ਗੱਲ ਸੁਣ, ਤੇਰੀ ਜੁੱਤ ਕਿਵੇਂ ਪੈ ਗਈ ਮੈਨੂੰ ਰਾਤ ਨੂੰ ਪੁੱਠਾ ਬੋਲ ਰਹੀ ਓਏ? ਨਹੀਂ, ਮੈਂ ਤੁਹਾਨੂੰ ਬੋਲਿਆ ਕੀ? ਹੁਣ ਤੂੰ ਬੋਲ, ਮੈਂ ਤੈਨੂੰ ਹੁਣੇ ਲੈ ਜਾਣਾ ਚਾਹ ਕੇ? ਨਹੀਂ, ਮੈਂ ਨਹੀਂ ਕੁਝ ਬੋਲਿਆ, ਮੈਂ ਤਾਂ ਦੱਸਿਆ ਵੀ ਨਿਆਏ ਨਾਨੇ ਗੋਰੀ ਆ ਮੇਰੇ ਪਿੰਡ ਚ। ਚੱਕਰ ਆ ਗਿਆ ਤੈਨੂੰ, ਮੈਂ ਹੁਣੇ ਚੱਕ ਕੇ ਜਾਣਾ। ਆਜੋ ਆਜੋ, ਮੈਂ ਕਿਹਾ ਨਿਆਏ ਨਾਨੇ ਗੋਰੀ ਆ ਮੇਰੇ ਪਿੰਡ ਚ। ਤੇਰੇ ਪਿੰਡ ਚ ਤੂੰ ਇੱਥੇ ਚੋਂ ਲੱਗਿਆ ਇੱਥੇ? ਨਹੀਂ, ਅੱਛਾ ਜੀ, ਤੁਸੀਂ ਲੱਗੇ ਹੋਏ ਜੀ? ਹਾਂ ਹਾਂ, ਮੈਂ ਨਹੀਂ, ਅੱਛਾ ਜੀ, ਮੈਂ ਪਿੰਡ ਦਾ ਸਰਪੰਚ ਆ। ਤੂੰ ਪਿੰਡ ਮੇਰੇ ਦਾ? ਪਿੰਡ ਚ ਪਿੰਡ ਨਿਆਏ ਨਾਨੇ ਪੁਰਾਣਾ ਹੋ ਰਹੀ ਆ, ਟਰਾਲੀਆਂ ਹੈ ਨਿਕਲ ਰਹੀਆਂ, ਟਿੱਪਰ ਨਿਕਲ ਕੇ ਗਏ ਆ, ਵੀਡੀਓ ਮੈਂ ਬਣਾਈ ਹੋਈ ਆ। ਵੀਡੀਓ ਬਣਾਈ ਆ? ਤੈਨੂੰ ਮੈਂ ਦੱਸੂਗਾ, ਤੂੰ ਤੇਰੀ ਜੁੱਟ ਕਿਵੇਂ ਪੈ ਗਈ ਮੈਨੂੰ ਬੋਲਣ ਦੀ? ਨਹੀਂ ਨਹੀਂ ਤੁਹਾਨੂੰ ਸਰਕਾਰ ਨਾ ਫੋਨ ਦਿੱਤੇ ਆ, ਹਰੇਕ ਦਾ ਫਰਜ਼ ਬਣਦਾ ਤੁਹਾਨੂੰ ਦੱਸਣਾ, ਤੁਹਾਨੂੰ ਫੋਨ ਕਰਨਾ, ਨੰਬਰ ਤੁਹਾਡੇ ਕੋਲ ਸਰਕਾਰੀ ਆ ਨਾ ਕਿ ਤੁਹਾਡੇ ਨਾਲ ਬਾਅਦ ਨੂੰ ਨੰਬਰ ਤੇ ਫੋਨ ਕਰ ਰਿਹਾ। ਮੈਂ ਸਰਕਾਰੀ ਨੰਬਰ ਤੇ ਫੋਨ ਕਰ ਰਿਹਾ ਤੁਹਾਨੂੰ। ਤੇਰੀ ਮੈਂ ਰਾਬਟ ਲੈ ਕੇ ਤੇਰੇ ਤੇ ਪਰਚਾ ਦਰਜ ਕਰਕੇ ਉਹ ਤੂੰ ਮੈਂ ਕਿਹਾ ਜਿੰਨੇ ਤੜਕੇ? ਮਰਜ਼ੀ ਕਰੋ, ਜੇ ਸਾਡੀ ਸਰਕਾਰ ਸਾਡੇ ਤੇ ਨਾ ਝੂਠੇ ਪਰਚੇ ਆਉਣ ਲੱਗੇ ਫਿਰ ਤਾਂ ਸਰ ਗਿਆ, ਤੁਹਾਨੂੰ ਸੱਚੀ ਇਨਫੋਰਮੇਸ਼ਨ ਦੇਣ ਲੱਗੇ ਵੀ ਸਾਡੇ ਤੇ ਪਰਚੇ ਆਉਣ, ਫਿਰ ਤਾਂ ਫਿਰ ਤਾਂ ਸਰਕਾਰਾਂ ਚੱਲਣੀਆਂ। ਤੂੰ ਨਾਂ ਦੱਸ ਮੈਨੂੰ, ਮੇਰਾ ਨਾਂ ਸੋਨੀ, ਸਰਪੰਚ ਪਿੰਡ ਬੂਧਗੜ। ਤੇਰੀ ਮੈਂ ਨਾ ਗੱਲ ਸੁਣਦਾ, ਮੈਂ ਜੋ ਜੋ ਦੱਸਾਂ ਦੱਸੀ ਚੱਲੋ ਮੈਨੂੰ, ਤੂੰ ਗੱਲ ਸੁਣ, ਜੋ ਮੈਂ ਦੱਸਾਂ ਤੈਨੂੰ ਦੱਸੀ ਚੱਲੋ, ਜਾਣਦਾ। ਜੋ ਦੱਸਣਾ ਦੱਸੀ ਚੱਲੋ, ਹੁਣ ਦੱਸੀ ਚੱਲੋ। ਐਟ ਏ ਟਾਈਮ ਜੋ ਵੀ ਮੈਂ ਕਰ ਰਿਹਾ ਨਾ ਰਿਕਾਰਡਿੰਗ, ਇਸ ਟਾਈਮ ਸੀਐਮ ਸਾਹਿਬ ਨੂੰ ਪਾਊਂਗਾ ਮੈਂ ਵੀ ਮੈਨੂੰ ਆਹ ਧਮਕੀਆਂ ਆ ਰਹੀਆਂ। ਸੀਐਮ ਸਾਹਿਬ ਸਾਡੇ ਹੀ ਹੈ, ਉਹ ਸੀਐਮ ਸਾਡੇ ਸਾਹਿਬ ਦੇ ਤੁਹਾਡੇ ਘਰ ਦਾ ਹੈ, ਸਾਡੇ ਵੀ ਆ, ਤੁਸੀਂ ਜੋ ਕਹਿਣਾ ਮੈਨੂੰ ਕਹੀ ਚੱਲੋ। ਮੈਂ ਇਸੇ ਟਾਈਮ ਆ ਨਾ ਤੁਹਾਡੀ, ਮੈਂ ਰਿਕਾਰਡਿੰਗ ਕਰ ਰਿਹਾ ਤੁਹਾਡੀ, ਮੈਂ ਰਿਕਾਰਡਿੰਗ ਹੁਣੇ ਸੀਐਮ ਸਾਹਿਬ ਨੂੰ ਪਾਊਂਗਾ, ਮੈਂ ਕਰ ਲਈ, ਮੈਂ ਤੁਹਾਡੀ ਹੁਣੇ ਸੀਐਮ ਸਾਹਿਬ ਨੂੰ ਪਾਊਂਗਾ ਵੀ ਜਿਹਨੂੰ ਮੈਂ ਰੋਕਦੇ ਆ ਵੀ ਇਹੋ ਜਿਹੇ ਅਫਸਰ ਸਾਨੂੰ ਧਮਕੀਆਂ ਦਿੰਦੇ ਆ। ਤੂੰ ਤੂੰ ਜੋ ਮਰਜ਼ੀ ਤੂੰ ਤੂੰ ਜੋ ਜੋ ਮਰਜ਼ੀ ਲਾਈ ਚੱਲੋ, ਜੋ ਮਰਜ਼ੀ ਲਾਈ ਚੱਲੋ ਮੈਨੂੰ, ਮੈਂ ਤੁਹਾਡੀ ਅੱਜ ਕਰ ਰਿਹਾ, ਤੂੰ ਤੁਸੀਂ ਮੈਨੂੰ ਤੂੰ ਤੂੰ ਕਰਕੇ ਬੋਲ ਰਹੇ ਆ, ਮੈਂ ਰਿਕਾਰਡਿੰਗ ਸਾਰੀ ਕਰ ਰਿਹਾ।
ਤੁਹਾਡੇ ਪਰਚਾ ਕਰਾਂਗੇ, ਤੁਸੀਂ ਫੋਨ ਕਰ ਰਹੇ ਸਨ ਮੇਰੀ ਗੱਲ ਸੁਣ, ਨਾ ਦੱਸ ਮੈਨੂੰ, ਨਾ ਦੱਸ ਹਾਂ ਨਾ ਦੱਸ ਕੇ, ਮੇਰਾ ਨਾਮ ਪ੍ਰਵੀਨ ਸੋਨੀ, ਸਰਪੰਚ ਪਿੰਡ ਬੂਥਗੜ੍ਹ। ਯਾਰ ਮੈਂ ਜਾਣਦਾ ਤੈਨੂੰ, ਮੈਂ ਭੁੱਲਿਆ ਤੈਨੂੰ, ਮੈਂ ਭੁੱਲਿਆ। ਹਾਂ ਤੂੰ ਕਹੇਗੀ ਹੁੰਦੀ ਆ, ਨਹੀਂ ਮੈਨੂੰ ਪੂਰੇ ਪਿੰਡ ਦਾ ਮੈਨੂੰ ਸਰਪੰਚ ਬਣਾਇਆ ਹੋਇਆ, ਉਹ ਪਿੰਡ ਦਾ ਸਰਪੰਚ ਜਾਣਦਾ ਮੈਂ ਤੈਨੂੰ, ਤੂੰ ਕਿੱਡਾ ਕੁ ਸਰਪੰਚ ਹੈ। ਹਾਂ ਆ ਜਿਹੜੀ ਨਾ ਲੈਂਗੁਏਜ ਗਲਤ ਆ, ਲੈਂਗੁਏਜ ਮੈਂ ਸਾਰੀ, ਇੱਕ ਮਿੰਟ ਮੈਂ ਸਾਰੀ ਰਿਕਾਰਡਿੰਗ ਕਰ ਰਿਹਾ, ਤੁਸੀਂ ਕਿੱਦਾਂ ਫੋਨ ਕਰ ਰਹੇ ਹੋ, ਕੌਣ ਕਰਦਾ, ਤੂੰ ਕਰਦਾ ਸਾਬਤ ਕਰ ਤੇਰੀ, ਮੈਂ ਕਹਿੰਦਾ ਜੀ ਹਾਂ, ਮੈਂ ਇੱਕ ਮਿੰਟ ਫੋਨ ਕੱਟੋ, ਹੁਣੇ ਮੈਂ ਤੁਹਾਨੂੰ ਹੁਣੇ ਫੋਨ ਆਉਂਦਾ, ਹੁਣੇ ਮੈਂ ਰਿਕਾਰਡਿੰਗ ਉੱਧਰ ਪਾਉਣਾ, ਤੂੰ ਫੋਨ ਕੱਟ, ਕੋਈ ਗੱਲ ਨੀ।